ਇਹ ਮੋਹ ਰਾਣੀ ਕਿੱਥੇ ਗਈ ਆ? ਇੰਨਾ ਜ਼ਿਆਦਾ ਰਸੋਈ 'ਚ ਖਲਾਰਾ ਪਿਆ, ਬਸ ਜਦੋਂ ਵੇਖੋ ਇਹਨੂੰ ਕੁਝ ਨਾ ਕੁਝ ਹੋਇਆ ਰਹਿੰਦਾ। ਅੱਜ ਨਹੀਂ ਇਹਨੂੰ ਮੈਂ ਛੱਡਣਾ ਹੈਗਾ। ਅੱਛਾ ਇਹ ਮਾਂ ਰਾਣੀ ਇੱਥੇ ਲੰਮੇ ਪਈ ਆ ਤੇ ਰਸੋਈ ਦੇ ਵਿੱਚ ਸਾਰਾ ਗੰਦ ਪਿਆ। ਦੋ ਟਿੱਕੀਆਂ ਬਣਾ ਕੇ ਮੁੰਡੇ ਨੂੰ ਭੇਜ ਕੇ ਤੇ ਬਾਅਦ ਚ ਪਖੰਡ ਕਰਦੀ ਲੰਮੇ ਪੈ ਜਾਣੀ ਆ। ਚੱਲ ਉੱਠ ਜਾ ਕੇ ਕੰਮ ਕਰ ਸਾਰਾ। ਕੀ ਹੋਇਆ ਮੰਮੀ ਜੀ? ਮੈਂ ਰੋਟੀ ਬਣਾਉਂਦੀ ਸੀ। ਹਾਂ ਰਸੋਈ ਵਿੱਚ। ਹਾਂ ਮੇਰੇ ਲੱਕ ਦਰਦ ਹੋ ਰਿਹਾ ਪਿਆ ਬੜਾ ਤੇਜ਼। ਨੀ ਕੀ ਬਿਮਾਰੀ ਮੇਰੇ ਪੱਲੇ ਪਈ ਆ? ਕੰਮ ਦੇ ਟਾਈਮ ਤੇ ਤੇਰਾ ਲੱਕ ਪੀੜ ਹੋਣ ਲੱਗ ਪੈਂਦਾ ਤੇ ਜਦੋਂ ਮੋਬਾਈਲ ਚਲਾਉਂਦੀ ਆ ਅਲੱਗੇ ਮੋਬਾਈਲ ਰੱਖਿਆ ਨਾ ਉਦੋਂ ਨੀ ਤੇਰਾ ਲੱਕ ਪੀੜ ਕਰਦਾ? ਰਾਤ ਦੋ ਦੋ ਵਜੇ ਪਹਿਲੇ ਟੀਵੀ ਵੇਹਨੀ ਆ ਉਦੋਂ ਨੀ ਤੇਰਾ ਲੱਕ ਦਰਦ ਕਰਦਾ? ਦੋ ਮਿੰਟ ਬਸ ਲੇਟੀ ਮੈਂ ਬਣਾ ਦਿੰਦੀ ਆ। ਹੁਣੇ ਬਣਾ ਦੇ। ਬਣਾ ਨੀ ਦਿੰਦੀ? ਬਣਾ, ਉੱਥੇ ਤਵੇ ਉੱਤੇ ਇੱਕ ਰੱਖਾ ਹੀ ਆ, ਉਹ ਨੀ ਮੈਂ ਖਾਣਾ। ਮੈਨੂੰ ਗਰਮ ਬਣਾ ਕੇ ਦੇ। ਪਖੰਡ ਕਿਤਨਾ ਕਰਦੀ ਹੈਗੀ ਆ। ਉੱਠ ਜਾ ਕੰਮ ਕਰ। ਕੱਪੜੇ ਕਿੰਨੇ ਧੋਣੇ ਆ? ਤੇਰੇ ਪਿਓ ਨੇ ਧੋਣੇ ਕੱਪੜੇ ਕਿ ਤੇਰੀ ਮਾਂ ਨੇ ਆ ਕੇ ਧੋਣੇ ਕੱਪੜੇ? ਐਵੀ ਮੂੰਹ ਜੇ ਟੇਢਾ ਬਣਾਉਣ ਲੱਗ ਪੈਂਦੀ ਆ। ਮੇਰੇ ਅੱਗੇ ਨਾ ਆ ਪਖੰਡ ਨਾ ਕਰਿਆ ਕਰ, ਤੈਨੂੰ ਮੈਂ ਦੱਸਦਾ ਕਿੰਨੀ ਵਾਰੀ। ਉੱਠ ਕੇ ਜਾ ਕੇ ਕੰਮ ਕਰ। ਹਾਂ ਉੱਠ ਚੱਲ। ਬਸ ਕਰ ਜਾ, ਤੇਰੇ ਤੇ ਪਖੰਡ ਨਹੀਂ ਹਟਦੇ। ਕੀ ਹੋਇਆ ਤੇਰੇ ਲੱਕ ਨੂੰ? ਉੱਥੇ ਦਰਦ ਦੀ ਗੋਲੀ ਲੈ ਤੇ ਖਾ ਲਾ। ਐਵੇਂ ਅਥਰੂ ਜੇ ਕੱਢਦੀ ਰਹਿੰਦੀ ਆ। ਉਹ ਬਸ ਕਰ ਪਖੰਡ, ਜਾ ਜਾ ਕੇ ਕੰਮ ਕਰ। ਗੁਰਪ੍ਰੀਤ ਤੈਨੂੰ ਮੈਂ ਕਹਿ ਤਾ ਹੁਣ ਚੁੱਪ ਕਰ ਜਾ, ਬਸ ਕਰ ਜਾ। ਅਥਰੂ ਜੇ ਆਪਣੇ ਪੂੰਝ ਪਹਿਲਾਂ ਆਪਣੇ ਪੂੰਝ ਅਥਰੂ ਆਪਣੇ, ਛੇਤੀ ਨਾ ਜਾ ਰਸੋਈ ਸਾਰੀ ਸਾਫ ਕਰ। ਚੁੱਕ ਪਲੇਟ ਲੈ ਕੇ ਜਾ ਇੱਥੋਂ। ਐਵੀਂ ਬਹਾਨੇ ਮਾਰਦੀ ਰਹਿੰਦੀ ਆ ਕੰਮ ਤੋਂ ਕਰਨ ਵਾਲੀ ਕਿ ਮੈਨੂੰ ਕੰਮ ਨਾ ਕਰਨਾ ਪਵੇ ਤੇ ਬਸ ਲੱਕ ਦਰਦ ਦਾ ਬਹਾਨਾ ਲਾ ਲਵਾਂ ਮੈਂ। ਇੰਨਾ ਪਤਾ ਕਿ ਵਾਲਾਂ ਦੇ ਪਿੱਛੇ ਕੱਲੇ ਭਲਾਣਾ ਡਿਜ਼ਾਇਨ ਵਾਲਾ ਸੂਟ ਸਿਰ ਸਿਰੇ ਟਟੋਰ ਕੱਢ ਕੇ ਬਹਿ ਜਾਂਦੀ ਆ। ਇਹ ਸਭ ਕੁਝ ਪਤਾ ਹੈ, ਇਹ ਸਭ ਕੁਝ ਆਪਾਂ ਨੂੰ ਪਤਾ ਹੈ ਕਿ ਕਲਿੱਪ ਲਾਣਾ ਨਾ ਸੂਟ ਦੇ ਨਾਲ ਮੈਚ ਕਰਦਾ। ਇੰਨਾ ਪਤਾ ਕਿ ਸਵੇਰੇ ਉੱਠ ਕੇ ਸੂਟ ਨਵਾਂ ਕੱਢ ਉਦੋਂ ਨੀ ਤੇਰਾ ਲੱਕ ਪੀੜ ਕਰਦਾ, ਕੰਮ ਵਾਰੀ ਤੇਰਾ ਲੱਕ ਪੀੜ ਕਰਨ ਲੱਗ ਪੈਂਦਾ। ਹੁਣ ਬੁਸ ਬੁਸ ਨਾ ਕਰ, ਛੇਤੀ ਸਾਰੀ ਰਸੋਈ ਸਾਫ਼ ਕਰ ਮਿੰਟੋ ਮਿੰਟ। ਮੰਮੀ ਜੀ ਇੱਕ ਮਿੰਟ ਆਣ। ਮੰਮੀ ਜੀ ਆਉਂਦੇ ਨੀ, ਪਤਾ ਨੀ ਕਿੱਥੇ ਰਹਿ ਗਈ। ਆਣਾ ਕੀ ਹੋਇਆ ਤੈਨੂੰ? ਮੇਰੇ ਕੋਲ ਨਹੀਂ ਕੁਛ ਹੁੰਦਾ ਵੀ। ਮੈਨੂੰ ਪਤਾ ਸੀ ਤੂੰ ਇਹ ਪਖੰਡ ਕਰਨਾ ਹੀ ਕਰਨਾ। ਨਹੀਂ ਪਖੰਡ ਨਹੀਂ। ਆ ਲੈ ਫੜ ਆ ਗੋਲੀ, ਆ ਗੋਲੀ ਖਾ ਲਾ
ਤੇ 5 ਮਿੰਟ ਇੱਥੇ ਬਹਿ ਕੇ ਤੇ ਸਾਰਾ ਕੰਮ ਸ਼ੁਰੂ ਕਰ ਕੇ ਮੈਂ ਦੱਸਾਂ ਤੇ ਝਾੜੂ ਕਿਹਨੇ ਮਾਰਨਾ ਹੈ ਕੋਈ ਕਿਚਨ ਦਾ ਨਹੀਂ ਹੁੰਦਾ ਵੀ ਕਿਚਨ ਦਾ ਨਹੀਂ ਹੁੰਦਾ ਵੀ ਕੱਲ ਤੇ ਮੈਂ ਕਹਿੰਿਆ ਸੀ ਨਾ ਬਾਰੀਆਂ ਸਾਫ਼ ਕਰ ਤੂੰ ਕੱਲ ਵੀ ਮੈਨੂੰ ਇਹੋ ਬਹਾਨਾ ਲਾਇਆ ਸੀ ਮੇਰਾ ਲੱਕ ਗਿਆ ਮੇਰਾ ਲੱਕ ਗਿਆ ਆ ਗੋਲੀ ਖਾ ਮੈਂ ਬਹਾਨਾ ਨਹੀਂ ਲਾਇਆ ਸੱਚੀ ਮੁੱਚੀ ਮੇਰਾ ਬੜਾ ਦਰਦ ਹੁੰਦਾ ਤੇਰਾ ਇਹਦਾ ਦਰਦ ਹੁੰਦਾ ਨਾ ਐਵੇਂ ਮੇਰੇ ਕਿ ਰੋਏ ਨਾ ਫਿਰ ਤੈਨੂੰ ਮੈਂ ਦੱਸਾਂ ਕੰਮ ਦੇ ਨਾਂ ਤੇ ਤੈਨੂੰ ਰੋਣਾ ਪੈ ਜਾਂਦਾ ਆ ਗੋਲੀ ਖਾ ਕੇ ਨਾ ਆ ਜਵੈਣ ਸੁੱਟ ਦਵਦਮ ਚਾਹ ਦੇ ਵਿੱਚ ਤੇ ਪੀ ਪਾਣੀ ਦੇ ਨੂੰ ਇੱਕ ਗਲਾਸ ਹਾਏ ਨਿਕੱਡੀ ਬੇਸ਼ਰਮ ਹੈਗੀ ਆ ਤੂੰ ਸੱਸ ਨੂੰ ਕਹਿਣ ਦੀ ਪਾਣੀ ਦੇ ਰਮਾਨ ਨਾਲ ਪਾਣੀ ਗਰਮ ਕਰਕੇ ਗੋਲੀ ਖਾ ਕੇ ਤੇ ਸਾਰੀਆਂ ਬਾਰੀਆਂ ਬੁਰੀਆਂ ਸਾਫ਼ ਕਰ ਫੇਰ ਦੇ ਪਾਣੀ ਕੋਈ ਪਾਣੀ ਵੀ ਨਹੀਂ ਦਿੰਦਾ अच्छा मैं तादी कमा कि मेरे कमरे की सफाई क्यों नहीं होती इन्ना नहीं पता मां रानी खलो के बोकर मार दी है बह के लो बोकर मार तेरा लक नहीं टूटिया समझ लगी है ते नाले मेरी गल सुनो ओड़ा पोचा ले के ना खलो के मारन वाला मेरी गल सुन ला तुरी जांदी नहीं गल मैं कहंदी ओ ते सुन ला रमाना बह के बैठा थलो कूड़ा कट तेरा दूसरा चारू हैगा पोचा बह के पोचा लगना चाहिदा चल छेती कर जल्दी ले आ मरिया वगू लिया डही आ नी कुछ नहीं होया हुणे ते गोली खा के हटी आ ते हजे भी लक नीवा करके तुरन डही आ नी दूजे हाथ नूं कुछ होया ई चंगी तरह नचोड़ इहनूं कुट नचोड़ बाद च पखे ला दनी आ फिर बेलां दा पखियां दा चल चल मार लीर कुछ नहीं होया बह जा शाबाश मां हुण भी ताडे लक्कां नूं कुछ हो गया कुट के मार ओ नुक्कर च मार नुक्कर मार 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 नुक्कर रह गई आ चल लीर फिर हंगाल लीर फिर हंगाल चल नी दूजा हाथ बाहर कट ला नी बाहर कट ला बीमारी मेरे पल्ले पै गई है पखंड कर दी सारे मम्मी जी थले खलारा ना पाओ मैं बड़ी मुश्किल ना पोचा मार दी भी ते खलारा हुण मैं अपने सिर ते रखा खलारा ते थले ही रखना है एक मिनट गुरप्रीत मेरी गल सुन मेरे मुंडे ने इन्ना तेरे ते पैसा लाया वधिया तो वधिया डॉक्टर नूं विखाया ते हजे भी तेरे लक दर्द नहीं ठीक होई है बोल दी नहीं कुछ गूंगी है जीए
ਮੈਂ ਭੈਣ ਜੀ ਬਾਅਦ ਚੋ ਗੱਲ ਕਰਦੀ ਆ, ਬਾਅਦ ਚੋ ਗੱਲ ਕਰਦੀ ਆ ਜਾ ਮੇਰੀ ਧੀ, ਆ ਜਾ ਆ ਜਾ ਉੱਥੇ ਖਲੋਤੀ ਆ, ਆ ਮੇਰੀ ਧੀ ਵਰਤੀ ਹੈ ਕਿੰਨੇ ਦਿਨਾਂ ਬਾਅਦ, ਆ ਮੇਰੀ ਛਿੰਦੀ ਧੀ ਆ ਜਾ ਆ ਜਾ ਬਹਿ ਜਾ ਇੱਥੇ ਬਹਿ ਇੱਥੇ ਬਹਿ ਜਾ। ਗੱਡੀ ਦੀ ਆਈ ਆ, ਵੱਡੀ ਦੀ ਆ ਕਿ ਛੋਟੀ ਦੀ ਆਈ ਆ, ਡਰਾਈਵਰ ਨਾਲ ਆਈ ਆ ਕਿ ਆਪ ਚਲਾ ਕੇ ਆਈ ਆ, ਬੋਲਤੇ ਸੀ ਕੀ ਹੋ ਗਿਆ ਤੈਨੂੰ, ਹੁਣ ਇੱਥੇ ਹੀ ਖਲੋਤੀ ਰਹੇਗੀ, ਕੁਝ ਨਜ਼ਰ ਆਇਆ ਕਿ ਨਹੀਂ ਆਇਆ ਤੈਨੂੰ, ਆ ਵੇਖ ਲਾ ਇਹਦਾ ਹਾਲ, ਇੰਨਾ ਕਿਤੇ ਦਿਮਾਗ ਹੀ। ਦੀਦੀ ਸਤਿ ਸ਼੍ਰੀ ਅਕਾਲ ਜੀ, ਕੀ ਹੈ ਬਹੁ ਰੌਣਕ ਦੇਈ ਆ, ਰੋਣਾ ਮੈਂ ਆ ਗਈ ਆ ਨਾ, ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ, ਪਾਣੀ ਲੈ ਕੇ ਆਉਂਦੀ ਹਾਂ ਮੈਂ ਤੁਹਾਡੇ ਵਾਸਤੇ, ਬੈਠੋ ਤੁਸੀਂ, ਪਾਣੀ ਤੂੰ ਬੈਠ ਕੋਈ ਨੀ ਪਾਣੀ ਵੀ ਆ ਜਾਂਦਾ, ਤੂੰ ਬੈਠ ਇੱਥੇ। ਇਹਨੂੰ ਕੀ ਹੋ ਗਿਆ, ਕਿਉਂ ਭਾਣ ਡਈ ਇਹਨੂੰ ਪਾਣੀ ਲਿਆਂਦੇ, ਮੰਮੀ ਤੁਸੀਂ ਨਾ ਚੁੱਪ ਕਰ ਜਾਓ ਦੋ ਮਿੰਟ ਵਾਸਤੇ, ਮੈਂ ਬਹਿ ਜਾਓ ਉੱਥੇ ਗੁੱਤੇ ਕਿਰਨ ਤੂੰ ਬੋਲਣ ਕਿਸ ਤਰ੍ਹਾਂ ਡਈ ਆ, ਤੂੰ ਆਪਣੀ ਮਾਂ ਨੂੰ ਇਤਨਾ ਕਹਿਣ ਡਈ ਆ ਕਿ ਮੇਰੇ ਪੈਰ ਨਹੀਂ ਹੈਗੇ, ਤੂੰ ਜਾ ਕੇ ਪਾਣੀ ਲੈ ਕੇ ਆ, ਪੱਕੀ ਗੱਲ ਆ ਤੈਨੂੰ ਇਹਨੇ ਕੋਈ ਪੱਟੀ ਪੜਾਈ ਹੋਣੀ ਆ। ਮੈਨੂੰ ਨਾ ਕਿਸੇ ਨੇ ਕੋਈ ਪੱਟੀ ਨਹੀਂ ਪੜਾਈ, ਤੁਸੀਂ ਜਿਹੜਾ ਬੈਠੋ ਤੁਹਾਨੂੰ ਮੈਂ ਦੱਸਦੀ, ਬਹਿ ਗੁਰਪ੍ਰੀਤ ਇੱਥੇ, ਤੂੰ ਕਿਰਨ ਕਿਰਨ ਇਹਦੇ ਸਾਹਮਣੇ ਥੋੜਾ ਇਹਨੂੰ ਜਾਣ ਦੇ, ਤੂੰ ਕੱਲੇ ਨਾਲ ਗੱਲ ਕਰ, ਆਪਾਂ ਅੰਦਰ ਚੱਲਦੇ ਚਲਾ ਜਾ, ਅੰਦਰ ਚੱਲਦੇ। ਮੈਂ ਨਾ ਕਿਤੇ ਨੀ ਜਾਣਾ, ਮੈਂ ਬਸ ਤੁਹਾਡੇ ਘਰ ਥੋੜੇ ਟਾਈਮ ਲਈ ਆਈ ਆ, ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਤੁਹਾਡੇ ਘਰ ਆਉਣ ਦਾ, ਪਿੱਛੇ ਹਟੋ ਮੈਨੂੰ ਬਹਿਣਾ ਵਾ। ਕੀ ਹੋਇਆ ਕੀ ਹੋਇਆ, ਗੋਲਡੀ ਨਾਲ ਲੜਾਈ ਹੋਈ ਆ, ਤੁਹਾਡੇ ਤਰ੍ਹਾਂ ਬੋਲਣ ਦੀ ਆਪਣੀ ਮਾਂ ਨੂੰ? ਨਹੀਂ ਮੰਮੀ ਇਹਨਾਂ ਨਾਲ ਕਦੋਂ ਲੜਾਈ ਹੋਣੀ, ਮੇਰੀ ਸੱਸ ਮੇਰੇ ਤੋਂ ਬਹੁਤ ਕੰਮ ਕਰਾਉਂਦੀ ਹੈ, ਮੈਂ ਕੱਲ ਕਿਹਾ ਮੇਰੀ ਲੱਤਾਂ ਦਰਦ ਹੁੰਦੀਆਂ, ਹਾਂ ਮੈਨੂੰ ਕਹਿੰਦੀ ਝਾੜੂ ਲਾ, ਮੈਨੂੰ ਕਹਿੰਦੀ ਭਾਂਡੇ ਧੋ, ਆ ਤੁਹਾਨੂੰ ਪਤਾ ਕੱਲ ਮੈਂ ਕੱਪੜੇ ਵੀ ਧੋਤੇ। ਹਾਓ ਕੱਪੜੇ ਤੂੰ ਧੋਤੇ? ਹਾਂਜੀ ਮੰਮੀ ਸਾਰਾ ਕੰਮ ਕੀਤਾ, ਕੱਪੜੇ ਧੋਤੇ ਭਾਂਡੇ ਧੋਤੇ, ਰੋਟੀ ਬਣਾਈ, ਪੋਚਾ ਵੀ ਲਾਇਆ ਮੈਂ ਆਪਣੇ ਹੱਥਾਂ ਦੇ ਨਾਲ। ਤੂੰ ਪੋਚਾ ਲਾਇਆ? ਹਾਂ ਮੰਮੀ। ਤੇਰੀ ਸੱਸ ਦੀਆਂ ਲੱਤਾਂ ਟੁੱਟ ਗਈਆਂ ਸੀ ਕਿ ਉਹਦੇ ਹੱਥ ਟੁੱਟ ਗਏ ਸੀ, ਮੇਰੀ ਧੀ ਦੀਆਂ ਲੱਤਾਂ ਦਰਦ ਕਰਨ ਡਿਆ ਤੇ ਤੇਰੇ ਕੋਲ ਨੇ ਕੰਮ ਕਰਵਾਇਆ? ਸਾਰੇ ਘਰ ਦਾ ਤੁਹਾਨੂੰ ਪਤਾ ਕਿੰਨਾ ਵੱਡਾ ਘਰ, ਆਹੋ ਸਾਰੇ ਘਰ ਤੇ ਪੋਚੇ ਮਰਵਾਏ, ਤੇ ਜਦੋਂ ਮੈਂ ਪੋਚੇ ਮਾਰਦੀ ਸੀ ਨਾ ਜਾਣ ਕੇ ਹੋਰ ਖਲਾਰਾ ਪਾਈ ਜਾਂਦੀ ਸੀ। ਮੈਨੂੰ ਤੂੰ ਲੈ ਕੇ ਚੱਲ ਮੇਰੇ, ਆ ਫੜ ਮਲਾ ਫੋਨ, ਫੜੋ ਫੋਨ ਮਲਾ, ਤੇਰੀ ਸੱਸ ਨੂੰ ਜਰਾ ਮੈਂ ਸੱਦਿਆ ਕਰਦੀ ਆ, ਦੱਸ ਮੇਰੀ ਕੁੜੀ ਦੀਆਂ ਲੱਤਾਂ ਪੀੜ ਕਰਨ ਡਈਆਂ ਤੇ ਤੂੰ ਕੋ ਕੰਮ ਕਰਵਾਉਣ ਡਈ ਆ, ਉਹਦੀ ਹਿੰਮਤ ਕਿਸ ਤਰ੍ਹਾਂ ਪਈ ਆ ਕਹਿਣ ਦੀ? ਚੱਲ ਮਿੰਟੋ ਮਿੰਟ ਚੱਲ, ਨਹੀਂ ਤਾਂ ਇੰਜ ਕਰ ਉੱਥੇ ਜਾਣ ਲੱਗਿਆ ਉਹਨੂੰ ਟਾਈਮ ਲੱਗਣਾ, ਨੰਬਰ ਮਿਲਾ ਮੈਂ ਉਹਦੇ ਨਾਲ ਗੱਲ ਕਰਾਂ, ਹੁਣੇ ਉਹਨੂੰ ਮੈਂ ਦੱਸਦੀ ਆ ਕਿ ਤੇਰੀ ਹਿੰਮਤ ਕਿਸ ਤਰ੍ਹਾਂ ਪਈ ਮੇਰੀ ਕੁੜੀ ਦੀਆਂ ਲੱਤਾਂ ਪੀੜ ਕਰਨ ਡਈਆਂ ਤੇ ਤੈਨੂੰ ਕੰਮ ਦੀ ਅੱਗ ਲੱਗੀ ਆ। ਆ ਮੇਰਾ ਫੋਨ ਪਿਆ, ਵੀ ਤੇਰੀ ਸੱਸ ਦਾ ਨੰਬਰ ਮਿਲਾ ਵੀ ਨੀ, ਵਿੱਚ ਨੰਬਰ ਕੱਢਣਾ ਪੈਣਾ, ਲਿਖੋ ਲਿਖੋ ਨੰਬਰ ਲਿਖੋ, ਹਾਂ ਮੈਂ ਤੇਰੀ ਸੱਸ ਦਾ ਨੰਬਰ ਮੰਗਿਆ ਨਾ ਕਿ ਮੈਂ ਆਪਣਾ ਮੰਗਣ ਨੰਬਰ ਮੰਗਿਆ, ਤੇ ਮੈਨੂੰ ਵੀ ਪਤਾ ਇਹ ਤੁਹਾਡਾ ਹੀ ਨੰਬਰ ਆ, ਤੇ ਜੋ ਮੈਂ ਗੱਲਾਂ ਕਰਨ ਦੀ ਆ ਨਾ ਤੁਹਾਡੇ ਨਾਲ ਇਹ ਤੁਹਾਡੇ ਲਈ ਸੀਗੀਆਂ, ਜਿਹੜੀਆਂ ਗੱਲਾਂ ਸੁਣ ਕੇ ਤੁਹਾਨੂੰ ਖਿੱਚ ਚੜ੍ਹਨ ਦੀ ਆ ਨਾ, ਆਪਣੀ ਕੁੜੀ ਵਾਰੀ ਤੇ ਬੜਾ ਹੋ ਗਿਆ ਕਿ ਮੇਰੀ ਕੁੜੀ ਕੋ ਉਹਨਾਂ ਨੇ ਪੋਚੇ ਮਰਵਾਏ, ਭਾਂਡੇ ਧਵਾਏ, ਆਹ ਕੀਤਾ ਉਹ ਕੀਤਾ, ਤੇ ਦੂਜਿਆਂ ਦੀ ਕੁੜੀ ਕੁੜੀ ਨੀ ਆ, ਕੀ ਹੋ ਗਿਆ ਰੰਗ ਕਿਉਂ ਉੱਡ ਗਏ ਚਿਹਰੇ ਦੇ ਤੁਹਾਡੇ? ਭਾਬੀ ਨੇ ਨਾ ਮੈਨੂੰ ਫੋਨ ਕਰਕੇ ਸਾਰਾ ਕੁਛ ਦੱਸਤਾ,
कितना तुसी उन्ना को ठीक नहीं है कि सारा घर का काम करवांदे जे काम वालियां कित्थे आ घर च काम वालियां लगे होने बाद भी तुसी उन्ना को पोचे मरवांदे जे ओ काम वालियां काम चंगा नहीं करके जांदियां ते काम वालियां काम चंगा करके नहीं जांदियां ते ओ काम वाली है अपनी कुड़ी बड़ी ते तुहानू बड़ा हो गया ते ओ किसे दी कुड़ी नहीं है बोल दे नहीं पे ओ की लक दर्द का बहाना कर दी अपनी कुड़ी दियां लत्तां होईयां तुहानू की पता मैं भी बहाना कर दी कि नहीं कर दी भाभी तुसीं डॉक्टर नूं चेक नहीं करवाया भेजिया सी किन्ने पैसे लाए पुछ मेरा मुंडा किन्ने पैसे ला के आया दो मिनट ना चुप कर जो डॉक्टर ने क्या दस दिन बेड रेस्ट करने कोई काम नहीं करना डॉक्टर ने उन्होंने क्या बेड रेस्ट करनी है तो ये बेड रेस्ट की उन्होंने कुछ बख्शे ही नहीं झाड़ू उन्ना को मरवाया पोचे उन्ना को मरवाए ये तुहानू पता प्रॉब्लम अगे जाके किन्नी बढ़ सकती है ये ताड़ी कुड़ी नहीं इस करके तू इन्ना इस तरह किया अपनी कुड़ी बारी तुहानू बहुत हो गया कि मेरी कुड़ी को सारा काम करवाया अपनी कुड़ी तुहाडी सारियां रीझां होण उहदे लई उहदे सास सोहरे उहदा घर वाला सारा कुछ उहदे लई करे उह गड्डियां च आवे इह सोचो इह सारा कुछ मेरे ना होवे ते फिर तुहाडे ते की बीते ना 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 किरण तेरे नाल सब कुछ ना होवे ना पुत्र इह लफ्ज ना कह तो ना ना पुत्र तेरे नाल कुछ होवे तेरे दुश्मन ना होवे किन्ना महसूस होया मम्मी तुहानू होया ना महसूस क्योंकि तुहाडी अपनी कुड़ी ने इतना होया ते तुसी भाभी ना करदे रहे क्योंकि वह बाहरों आई क्योंकि वह नूह आ धी नहीं है तुही भी सोचो मम्मी वह भी किसी की धी है वह अपनी मां नूं कुछ नहीं दसदी जे उहदी मां नूं यह सब चीज पता लगे उत्ते की बीतेगी उहदे भाभी ने मैनू फोन किया तां करके मैं भज्जी आई तुहानू भी पता जदों मैं आनी हाँ भाभी किन्ना चाह कर दे कदी भी इन्होंने मत्थे वट नहीं पाया ते तुही इतना कीता उन्होंने नाल मैनू तुहाडे तों इह उम्मीद नहीं सी मम्मी मम्मी तुसी एक गल भाभी दी नोट कीती तुसी इन्ना उन्हां नाल बुरा करदे रहे इन्ना सब करदे रहे उन्होंने तुहानू कदी कोई जवाब दिता चुप करके कदी नहीं दिता जवाब उन्हें चुप करके सारा ओ ही काम करते रहे जेड़ा जेड़ा तुसी उन्हां नूं कहा भावें उन्हां दी तबीयत ठीक नहीं फिर भी उन्होंने तुहानू कोई जवाब नहीं दिता तुहानू मना नहीं किया कुछ भी करन तों ते तुहानू कोई काम नहीं करन दिता ते सब तों वड्डी गल उन्होंने अपनी मम्मी नूं भी नहीं दस्सिया बस कर चुके बस कर जा होर ना मैनू शर्मिंदा कर मैनू तेरिया गल्लां सुन के ना अपने आप ते शर्म आण डई मैनू अपनी धी का दुख नजर आंदा जिहड़ी बाहरों आई है उहदा दुख नहीं नजर आण डिया वाकई वह बीमार है मैनू किसी काम तो उहने ना नहीं कीती पर मैं सोचती रही हूँ पखंड कर दी गुरप्रीत हाँ जी मम्मी जी पुत्र तुसे हाथ ना जोड़ो मैनू माफ कर दे माफ कर दे धीए मैनू तुसे माफी ना मंगो मैनू बस अपना ही दुख नजर आया जब अपनी धी का दुख नजर आया तेरा दुख मैनू नजर नहीं आया किरण गां तो तेनू कोई शिकायत का मौका नहीं दोग मैनू माफ कर दे हुण ना तुसी दोवें जने चुप कर जाओ मम्मी मैं इत्थे इसे करके आई हाँ मैं थोड़े दिन रहन आई हाँ ताकि तुहाडी भी हैल्प हो जाए ते भाभी नू रेस्ट मिल जाए नहीं तू अपने घर जा गुरप्रीत तू भी नहीं कोई काम करदा मैं एक दियां दो ला लूंगी तू बेड रेस्ट दस दिन नहीं हुण एक महीना कर ठीक है भाभी जी ठीक है थैंक यू जी
पर जे धी नू कुछ हो जाए नाल ही उन्हां नू आंदा कि यार साडी धी ना होया साडी धी ना होया। इस स्टोरी दे विच जिवें तुसीं वेख सकदे जे कि मम्मी दे रोल दे अकॉर्डिंग ओह गुरप्रीत दे उत्ते किन्ना ज्यादा अत्याचार करन दे आ कि उन्हां दा सीरियसली लक्क दर्द होंदे आ सीरियसली उन्हां नू कोई प्रॉब्लम आ पर उन्हां नू लगदा पिया एवें ही आ कि हो गया बहाना ही करन दी आ ते सारा काम करवांदे हजे कि उन्हां ने कहा कि मेरी तबीयत ठीक नहीं आ डॉक्टर ने मना कीता वा पर उन्हां नू लगन दे सिर्फ बहाना वा बिलकुल ते जदों उन्हां दी अपनी कुड़ी ते सारा कुछ बीतिया ते नाल ही उन्हां नू हो गया यार कई ससां मेरे वर्गियां हैगियां जो मैं रोल निभांदे होए कीता है ਉਹ ਜਾਣ ਬੁੱਝ ਕੇ ਆਪ ਉਹਨਾਂ ਨੂੰ ਕੁਝ ਹੋਵੇ ਤੇ ਬੈਠੇ ਨੂੰਹਾਂ ਨੂੰ ਕੋਈ ਵੀ ਪ੍ਰੋਬਲਮ ਹੈ ਨਾ ਤੇ ਉਹਨਾਂ ਨੇ ਪੁੱਤ ਆਹ ਕੰਮ ਕਰਦੇ ਪੁੱਤ ਉਹ ਕੰਮ ਕਰਦੇ ਕਿਉਂ ਉਹ ਕਿਸੇ ਦੀ ਧੀ ਆ ਤੁਹਾਡੀ ਕੁੱਖੋਂ ਨੀ ਜੰਮੀ ਉਹ ਤੇ ਜਦੋਂ ਆਪਣੀ ਧੀ ਦੇ ਬੀਤੀ ਤੇ ਉਦੋਂ ਤੇ ਆਪਣੀ ਧੀ ਨੂੰ ਕੋਈ ਪ੍ਰੋਬਲਮ ਹੋਵੇ ਨਾ ਤੇ ਚੇਚਾ ਫੋਨ ਕਰਦੀਆਂ ਤੂੰ ਕੋਈ ਕੰਮ ਨਾ ਕਰੀ ਢੀਠ ਬਣ ਕੇ ਬੈਠੀ ਰਹਿ ਹਿੱਲੀ ਨਾ ਮੰਜੇ ਤੇ ਪਈ ਰਹਿ ਆਪੇ ਵੇਖੀ ਕਿਉਂਕਿ ਕੁਛ ਨੂੰਹਾਂ ਬੋਲਦੀਆਂ ਨੀ ਆ ਸੱਸਾਂ ਦੀ ਕਿਉਂਕਿ ਉਹਨਾਂ ਨੂੰ ਪਿੱਛੋਂ ਉਹਨਾਂ ਦੇ ਮਾਂ ਪਿਓ ਨੇ ਸਿੱਖਿਆ ਇਹੋ ਹੀ ਦਿੱਤੀ ਹੁੰਦੀ ਆ ਤੇ ਇਸ ਰੋਲ ਦੇ ਵਿੱਚ ਵੀ ਗੁਰਪ੍ਰੀਤ ਨੇ ਉਤਨਾ ਹੀ ਕੀਤਾ ਬਿਲਕੁਲ ਜੀ ਬਿਲਕੁਲ ਚੁੱਪੀ ਦਾ ਨਜਾਇਜ਼ ਫਾਇਦਾ ਨਾ ਚੁੱਕੋ ਇਹ ਨਹੀਂ ਕਿ ਜੇ ਨੂੰਹ ਬਿਮਾਰ ਆ ਤੇ ਉਹ ਬਹਾਨਾ ਲਾਉਂਦੀ ਆ ਤੇ ਧੀ ਬਿਮਾਰ ਆ ਤੇ ਉਹ ਸੱਚਮੁੱਚ ਹੀ ਬਿਮਾਰ ਆ ਸ਼ਾਇਦ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੁਹਾਡੀ ਧੀ ਵੀ ਬਹਾਨਾ ਲਾਉਂਦੀ ਹੋਵੇ ਬਿਲਕੁਲ ਸਾਡੀ ਸਟੋਰੀ ਵਧੀਆ ਲੱਗੇ ਤੇ ਸਟੋਰੀ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰਿਓ ਜੀ ਥੈਂਕ ਯੂ ਜੀ ਸੋ ਮਚ ਥੈਂਕ ਯੂ ਸੋ ਮਚ